क्वालिटी की गल करके जी टाइन है, मेरा ख्याल तुम किसी भी रीपर की इस तरह टाइन ऐं खिंचते हो आपकी जगह पर वापस नहीं आती। पैडिस्ट्रा चोपर सरैडर भारत का पहला चोपर सरैडर है, जिहड़ा कि 2-in-1 का काम करता है। आप सब नूं पता है भी इहदियां ट्रालियां की कपैसिटी हाईएसट साडे सिरिए वाला ते भदौड़ पिंड दी 52 ते आम एवरेज 35-40-48-45 जिवें भी किसान सानूं दसदे आ, ये साडा नहीं किसानों का चलाया होया। ते अद्धा लीटर असीं डीजल ते लिख के दे दिंदे वी कोई रीपर मर्जी कंपनी दे लोक घट ना खावे। सा जे 400 ट्राली साडे रीपर नाल बनदी, 400 होर नाल बनदी, 35-40 हज़ार दा डीजल मैं लिख के देऊंगा अपनी लीटर पैड ते वी घट खावेगा। फिर असीं आ बलोर लाउने आ, ਇਹਦੇ ਤੇ ਕਿਸਾਨ ਦਾ ਬਹੁਤ ਵੱਡਾ ਫਾਇਦਾ ਹੋਇਆ ਵੀ ਉਹਦੇ ਤੇ ਡਸਟ ਨਹੀਂ ਪੈਂਦੀ, ਰੇਡੀਏਟਰ ਤੇ ਟਰੈਕਟਰ ਤੇ ਨਹੀਂ ਡਸਟ ਪੈਂਦੀ, ਡਰਾਈਵਰ ਚਲਾਉਣ ਵੇਲੇ ਸੌਖਾ ਰਹਿੰਦਾ ਤੇ ਮਗਰ ਨੂੰ ਉਹਨੇ ਦੇਖਣਾ ਹੁੰਦਾ। ਫਿਰ ਇਹਦੀ ਕੁਆਲਿਟੀ ਦੀ ਗੱਲ ਕਰਕੇ ਜਿਹੜੀ ਟਾਈਨ ਹੈ, ਮੇਰਾ ਖਿਆਲ ਤੁਸੀਂ ਕਿਸੇ ਵੀ ਰੀਪਰ ਦੀ ਇਸ ਤਰ੍ਹਾਂ ਟਾਈਨ ਐਂ ਖਿੱਚਦੇ ਹੋ ਆਪਦੀ ਜਗ੍ਹਾ ਤੇ ਵਾਪਸ ਨਹੀਂ ਆਉਂਦੀ। ਇਹ ਇਹ ਇੱਕ ਬਹੁਤ ਹੀ ਵਧੀਆ ਕੁਆਲਿਟੀ ਹੈ। ਰੀਲ ਦਾ ਡਾਇਆ ਵੱਡਾ ਰੱਖਿਆ ਵੀ ਜਿਹੜੇ ਉਹਦੇ ਕਸੀਰ ਆ ਉਹ ਰਸਤੇ 'ਚ ਪਹਿਲਾਂ ਛੰਦੇ ਆ ਫਿਰ ਇਹ ਪਿੱਛੇ ਜਾਂਦਾ। ਔਗਰ ਵੱਡਾ ਦਿੱਤਾ ਹੋਇਆ, ਇਵੇਂ ਥਰੈਸ਼ਰ ਬੜਾ ਦਿੱਤਾ ਹੈ, ਰੈਲਾ ਚੱਲਣ ਦੇ ਵਿੱਚ ਕੁਆਲਿਟੀ ਵੀ ਸਿਰ ਹੈ ਇਹਦੀ। ਫਿੰਗਰ ਬਹੁਤ ਵਧੀਆ ਸਪੋਰਟ ਵਾਲੀ ਫਿੰਗਰ ਹੈ, ਕੱਲ੍ਹ ਨੂੰ ਨਰਮੇ ਦੀਆਂ ਬੁੱਢੀਆਂ 'ਚ ਵੀ ਚਲਾ ਸਕਦੇ ਹਾਂ। ਇਹਦੇ ਨਾਲ ਹੀ ਅਸੀਂ ਸਬਸਵੈਲਰ ਮਾਡਲ ਬਣਾਉਂਦੇ ਹਾਂ, ਸਿੰਗਲ 2 bottom 3 bottom 5 bottom, ਤਾਂ ਉਹਨਾਂ ਦੇ ਮਗਰ ਰੂਲਾ ਵੀ ਲਾਉਂਦੇ ਹਾਂ ਔਰ ਬਗੈਰ ਰੂਲੇ ਵੀ ਬਣਾਉਂਦੇ ਹਾਂ। ਇਸੇ ਤਰ੍ਹਾਂ ਹੀ ਜਿਵੇਂ ਸਾਡੀਆਂ ਵੱਡੀਆਂ ਮਸ਼ੀਨਾਂ ਫਾਊਡਰ ਹਾਰਵੈਸਟਰ, ਉਹ ਵੱਡੀ ਸੈਲਫ ਆ ਗਈ, 4-row 5-row 6-row ਡਬਲ ਇੰਜਨ 'ਤੇ ਵੀ ਹੈ। ਅਤੇ ਨਾਲ ਹੀ ਅਸੀਂ ਬੇਲਰ ਜਿਹੜਾ ਆਪਾਂ ਅਚਾਰ ਬਣਾਉਂਦੇ ਉਹਦੀਆਂ ਗੱਠਾਂ ਵਾਲਾ ਉਹ ਵੀ ਤਿਆਰ ਕਰਦੇ ਹਾਂ, ਉਹਦੇ 'ਚ 1 quintal ਵਾਲਾ 2 quintal ਵਾਲਾ 4 quintal ਵਾਲਾ। ਇਸ ਤਰ੍ਹਾਂ ਦੀ ਇਹ ਸਾਰੀਆਂ ਮਸ਼ੀਨਾਂ, 0 drill ਹੋ ਗਈ, ਫਿਰ ਚੋਪਰ ਆਪਣਾ ਮਲਚਰ ਟਾਈਪ ਜਿਹੜੇ ਆ ਸਾਡੇ ਉਹ ਚੋਪਰ ਵੀ ਹੈ, ਰੋਟਾਵੇਟਰ ਵੀ ਬਣਦੇ ਆ। ਬਾਕੀ ਮੈਂ ਸਾਰਿਆਂ ਨੂੰ ਫਿਰ ਅਖੀਰ 'ਤੇ ਬੇਨਤੀ ਕਰੂੰਗਾ ਵੀ ਅੱਜ ਸੁਪਰ ਸੀਡਰ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵਿਚਾਰਿਓ, ਬਿਜਾਈ ਕਰਨ ਵੇਲੇ ਜ਼ਰੂਰ ਇਹ ਵੀਡੀਓ ਸੁਣਿਓ ਵੀ ਕਿਸ ਤਰ੍ਹਾਂ ਤੁਸੀਂ ਬੀਜਣੀ ਆ, ਤੁਹਾਡੀ ਕਣਕ ਦਾ ਨੁਕਸਾਨ ਨਹੀਂ ਹੁੰਦਾ। ਅਤੇ ਅਖੀਰ 'ਤੇ ਸਾਰੇ ਜਿੰਨੇ ਵੀ ਦਰਸ਼ਕ ਮੈਨੂੰ ਦੇਖਦੇ ਆ, ਸਾਰਿਆਂ ਨੂੰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ।